ਹੈਲੋ ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗੋਮਾਲਟੀ ਚੈਨਲ ਦੇ ਵਿੱਚ ਮੇਰੀਆਂ ਭੈਣਾਂ ਤੇ ਮੇਰੇ ਵੀਰਾਂ ਦਾ ਸਵਾਗਤ ਆ ਹਾਂਜੀ ਅੱਜ ਆਪਾਂ ਫੇਰ ਵਲੌਗ ਬਣਾਉਣ ਲੱਗ ਗਏ ਆ ਪਹਿਲਾਂ ਤਾਂ ਮੈਨੂੰ ਕੋਈ ਸਮਝ ਹੀ ਨਹੀਂ ਸੀ ਆ ਰਿਹਾ ਕਿ ਮੈਂ ਵਲੌਗ ਕਿਸ ਗੱਲ ਦਾ ਬਣਾਵਾਂ ਕੀ ਦਿਖਾਵਾਂ ਵਲੌਗ ਦੇ ਵਿੱਚ ਤੇ ਅੱਜ ਸਾਡੇ ਮੰਮੀ ਵਾਪਸ ਆਏ ਸੀ ਘਰੇ ਕਾਫੀ ਦਿਨਾਂ ਬਾਅਦ ਉਹ ਤੁਹਾਨੂੰ ਦੱਸ ਦਿਆਂ ਕਿ ਇਹ ਕਿੰਨੇ ਕ ਦਿਨ ਲਾਇਆ ਏ ਤੇ ਫਿਰ ਮੈਂ ਸੋਚਿਆ ਅੱਜ ਮੰਮੀ ਨੇ ਘਰ ਆਉਣਾ ਤੇ ਮੈਂ ਫੋਨ ਲਾ ਕੇ ਪੁੱਛ ਲਿਆ ਸੀਗਾ ਤੁਸੀਂ ਕਿੱਥੇ ਕਾ ਆ ਗਏ ਤੇ ਕਹਿੰਦੇ ਵਾ ਬਸ ਘਰੇ ਪਹੁੰਚਣ ਵਾਲੇ ਆਂ ਤੇ ਮੈਂ ਸੋਚਿਆ ਚਲੋ ਫਟਾਫਟ ਜਿਹੜਾ ਆਪਾਂ ਕੈਮਰਾ ਔਨ ਕਰ ਲੈਨੇ ਆ ਫਿਰ ਤੇ ਅੱਜ ਮੰਮੀ ਦੇ ਆਉਣ ਦਾ ਜਿਹੜਾ ਆਪਾਂ ਸਵਾਗਤ ਕਰ ਲੈਨੇ ਆ ਨਾਲੇ ਆਪਾਂ ਇਹਨਾਂ ਦਾ ਵਲੌਗ ਬਣਾ ਲੈਨੇ ਆ ਤੇ ਮੰਮੀ ਨੂੰ ਅਸੀਂ ਹਾਸ ਦੇ ਪਏ ਸੀਗੇ ਕਿ ਮੰਮੀ ਪੂਰੇ ਸਵਾਗਤ ਦੇ ਨਾਲ ਆਈ ਆ ਕਾਫੀ ਦਿਨਾਂ ਬਾਅਦ ਆਏ ਆ ਕਹਿੰਦਾ ਵੀ ਡੈਡੀ ਲੈ ਕੇ ਆਏ ਆ ਮੰਮੀ ਨੂੰ ਵੈਸੇ ਤਾਂ ਇਕੱਲੇ ਸਰਦਾਰ ਜੀ ਨੇ ਜਾਣਾ ਸੀ ਲੈਣ ਤੇ ਫਿਰ ਗੱਡੀ ਵੀ ਖਾਲੀ ਜਾਣੀ ਸੀ ਫਿਰ ਨਾਲ ਡੈਡੀ ਚਲੇ ਗਏ ਤੇ ਪ੍ਰਦੀਪ ਨਾਲ ਚਲੀ ਗਈ ਤੇ ਕਹਿੰਦੇ ਸੀ ਚਲੋ ਆ ਡੈਡੀ ਨੂੰ ਭੇਜ ਦੋ ਵੀ ਉਹ ਵੀ ਮਿਲਿਆਉਣਗੇ ਮਾਮਾ ਇਹਨੂੰ ਕਾਫੀ ਸਾਲ ਹੋ ਗਏ ਸੀ ਡੈਡੀ ਗਏ ਨਹੀਂ ਸੀਗੇ ਸਮਾਦ ਪਾਈ ਤੇ ਪ੍ਰਦੀਪ ਵੀ ਨਹੀਂ ਸੀ ਗਈ ਤੇ ਫਿਰ ਮੰਮੀ ਨੂੰ ਲੈ ਕੇ ਆਉਣਾ ਸੀ ਗੱਡੀ ਵੀ ਖਾਲੀ ਜਾਣੀ ਸੀਗੀ ਤੇ ਸੋਚਿਆ ਚਲੋ ਵੀ ਬੈਠੇ ਜਾਣਾ ਬੈਠੇ ਆਉਣਾ ਤੇ ਕੁਛ ਅੱਜ ਮੌਸਮ ਆ ਜਿਹੜਾ ਵਧੀਆ ਸੀਗਾ ਕਿਉਂਕਿ ਰਾਤ ਬਹੁਤ ਹੀ ਜ਼ਿਆਦਾ ਮੀਂਹ ਨਹੀਂ ਰਿਹਾ ਆਇਆ ਸੀਗਾ ਉਹਦੇ ਕਰਕੇ ਕੁਝ ਕਾਫੀ ਖਲਾਰਾ ਜਾਂ ਵੀ ਬਣਿਆ ਹੋਇਆ ਮੀਂਹ ਨਹੀਂ ਰਹੀ ਆਉਣ ਕਾਰਨ ਤੇ ਇੱਧਰ ਜਿਹੜੀਆਂ ਤੁਸੀਂ ਦੋ ਗੁੱਡੀਆਂ ਦੇਖ ਰਹੇ ਆਂ ਇਹ ਸਾਡੇ ਗਵਾਂਡੀਆਂ ਦੀਆਂ ਦੋ ਧੀਆ ਆਈਆਂ ਹੋਈਆਂ ਪ੍ਰਦੀਪ ਦੀਆਂ ਕਾਫੀ ਕਰਦੀਆਂ ਪ੍ਰਦੀਪ ਦਾ ਜ਼ਿਆਦੇ ਪ੍ਰਦੀਪ ਨੂੰ ਮੈਲਣ ਆਈਆਂ ਸੀ ਤੇ ਇਹ ਗਵਾਂਡੀਆਂ ਦਾ ਜਿਹੜਾ ਛੋਟਾ ਜਿਹਾ ਬੱਚਾ ਕੁੜੀ ਹੈ ਤੇ ਇਹ ਪੋਤੀ ਆਏ ਤੇ ਸਾਡਾ ਬਹੁਤ ਹੀ ਪੁਰਾਣਾ ਜਿਹੜਾ ਭਾਈਚਾਰਾ ਇਹਨਾਂ ਦੇ ਨਾਲ ਬਹੁਤ ਹੀ ਮੋਹ ਮੁਹੱਬਤ ਪਿਆਰ ਆ ਪੁਰਾਣਾ ਕਾਫੀ ਸਮੇ ਤੋਂ ਜਿਹੜੀਆਂ ਇਹ ਕੁੜੀਆਂ ਬੈਠੇ ਇਹਨਾਂ ਦੀ ਮੰਮੀ ਜਿਹੜੀ ਇੱਧਰ ਹੀ ਰਹਿੰਦੀ ਹੁੰਦੀ ਸੀ ਮੰਮੀ ਕੋਲ ਕੰਮਕਾਰ ਸਿਖਦੀ ਹੁੰਦੀ ਸੀ ਕੱਢਣ ਕੱਤਣ ਦਾ ਤੇ ਫਿਰ ਸਦਾ ਜਿਹੜਾ ਵੀ ਇਹ ਫਿਰ ਕੁਝ ਜ਼ਿਆਦਾ ਇਦਾਂ ਨੂੰ ਵੀ ਇਹਨਾਂ ਦਾ ਮੋਹ ਪਿਆਰ ਬੱਚਿਆਂ ਦਾ ਵਧਿਆ ਹੋਇਆ ਤੇ ਇੱਧਰ ਜਦੋਂ ਇਹ ਆਉਂਦੀਆਂ ਹੁੰਦੀਆਂ ਪਰ ਦੀਪ ਦੀਆਂ ਹਾਨਣਾਂ ਹੀ ਆ ਇਹ ਤੇ ਇਕੱਠੀਆਂ ਜੀਆਂ ਹੀ ਆ ਇਹਨਾਂ ਦੀ ਉਮਰ ਇੱਕੋ ਜਿਹੀ ਆ ਤੇ ਫਿਰ ਇੱਧਰ ਹੀ ਮਿਲਣ ਆ ਜਾਂਦੀਆਂ ਥੋੜਾ ਜਆ ਇਹਨਾਂ ਨੂੰ ਸੰਗ ਜੀ ਲੱਗੀ ਜਾਂਦੀ ਸੀ ਵੀ ਕੈਮਰੇ ਦੇ ਸਾਹਮਣੇ ਆਉਣ ਤੇ ਉਦੋਂ ਮੈਂ ਕੈਮਰਾ ਔਨ ਕਰ ਲਿਆ ਉਦੋਂ ਇਹ ਸਾਹਮਣੇ ਆ ਗਈਆਂ ਕਹਿੰਦੀਆਂ ਸੀ ਸਾਨੂੰ ਕੈਮਰੇ ਦੇ ਵਿੱਚ ਨਾ ਲੈ ਕੇ ਆਓ ਪਰ ਮੈਂ ਕਿਹਾ ਚਲ ਕੋਈ ਨਹੀਂ ਫਿਰ ਕੀ ਆ ਤੁਸੀਂ ਵੀ ਵੀਡੀਓ ਦੇ ਵਿੱਚ ਆ ਜਾਓ ਤੇ ਛੋਟੀ ਜਿਹੀ ਗੁड़िया ਵਾ ਉਹ ਬਹੁਤ ਹੀ ਹਲਤਾਂ ਕਰੀ ਜਾਂਦੀ ਆ ਸ਼ਰਾਰਤੀ ਬਹੁਤ ਆ ਤੇ ਇੱਧਰ ਇਹ ਸਾਰੇ ਜਾਨੇ ਬੈਠੇ ਆ ਗੱਲਾਂ ਬਾਤਾਂ ਕਰੀ ਜਾਂਦੇ ਆ ਤੇ ਮੈਂ ਪਾਣੀ ਲੈ ਕੇ ਆਉਣੀ ਆ ਪੀਣ ਦੇ ਲਈ ਤੇ ਪ੍ਰਦੀਪ ਵੀ ਗਈ ਸੀਗੀ ਮੰਮੀ ਨੂੰ ਲੈਣ ਤੇ ਸਾਰੇ ਗੱਲਾਂ ਬਾਤਾਂ ਹੋ ਰਹੀਆਂ ਹਲੇ ਮੈਂ ਤਾਂ ਮੰਮੀ ਨੂੰ ਹਾਲਚਾਲ ਪੁੱਛਿਆ ਨਹੀਂ ਸਿਰਫ ਮਿਲਿਓਈ ਆ ਪਾਣੀ ਪਲਾਉਣ ਤੋਂ ਬਾਅਦ ਫਿਰ ਆਪਾਂ ਬੈਠਾਂਗੇ ਕੁਝ ਗੱਲਾਂ ਬਾਤਾਂ ਕਰਾਂਗੇ ਤੇ ਚਾਹ ਬਣਾ ਜਿਹੜੀ ਬਾਨੀ ਰੱਖਿਆਵਾਂਗੇ ਤੇ ਪਹਿਲਾਂ ਆਪਾਂ ਜਿਹੜਾ ਇਹਨਾਂ ਨੂੰ ਪਾਣੀ ਪਿਆ ਦਿੰਨੇ ਆ ਤੇ ਉਹ ਤਾਂ ਅਸੀਂ ਹਸਣ ਲੱਗੇ ਵੀ ਮੰਮੀ ਸੌਣ ਦੇ ਮਹੀਨੇ ਦੇ ਵਿੱਚ ਆਪਣੇ ਪੇਕੇ ਗਏ ਸੀਗੇ ਤੇ ਕਾਫੀ ਜਿਹੜਾ ਇਹ 15 16 ਦਿਨ ਲਾ ਕੇ ਆਇਆ 16 ਦਿਨਾਂ ਬਾਅਦ ਘਰੇ ਵਾਪਸ ਆਇਆ ਅੱਗੇ ਵੀ ਵੈਸੇ ਵੀ ਇਹ 10 15 ਦਿਨ ਤੱਕ ਅੱਗੇ ਵੀ ਲਾ ਆਉਂਦੇ ਹੁੰਦੇ ਆ ਇੰਨੇ ਕ ਦਿਨ ਤਾਂ ਇਹ ਲਾ ਹੀ ਆਉਂਦੇ ਆ ਤੇ ਹੁਣ ਫਿਰ ਕੁਛ ਨਾ ਕੁਛ ਹੋ ਜਾਂਦਾ ਕੋਈ ਮਜਬੂਰੀਆਂ ਬਣ ਜਾਂਦੀਆਂ ਲੈ ਕੇ ਤਾਂ ਅਸੀਂ ਸੋਮਵਾਰ ਆਉਣਾ ਸੀਗਾ ਤੇ ਕੁਛ ਗਰਮੀ ਸੀ ਕੁਛ ਕੰਮਕਾਰਾਂ ਦਾ ਹੋਣ ਕਰਕੇ ਜਿਹੜਾ ਸਾ ਵੀ ਸਾਡੇ ਤੋਂ ਜਾਇਆ ਨਹੀਂ ਗਿਆ ਛੇਤੀ ਲੈ ਕੇ ਨਹੀਂ ਆਂਦਾ ਇਸ ਕਰਕੇ ਥੋੜਾ ਅਸੀਂ 2-3 ਦਿਨ ਜਿਹੜਾ ਲੇਟ ਹੀ ਹੋ ਗਏ ਲਿਆਉਣ ਵੱਲ ਤੇ ਅੱਜ ਮੌਸਮ ਜਿਆ ਥੋੜਾ ਠੀਕ ਸੀਗਾ ਗਰਮੀ ਘੱਟ ਸੀਗੀ ਕਿਉਂਕਿ ਰਾਤ ਜਿਹੜਾ ਮੀਨਿਹਰੀ ਜਾ ਆ ਗਿਆ ਸੀਗਾ ਤੇ ਥੋੜੀ ਗਰਮੀ ਘੱਟ ਸੀ ਕਹਿੰਦੇ ਚਲੋ ਅੱਜ ਜਾ ਕੇ ਲੈ ਹੀ ਆਉਣੇ ਆ ਤੇ ਨਹੀਂ ਤਾਂ ਗਰਮੀ ਦੇ ਵਿੱਚ ਤਾਂ ਬਾਹਰ ਨਿਕਲਿਆ ਹੀ ਨਹੀਂ ਜਾਂਦਾਗਾ ਇੰਨੀ ਗਰਮੀ ਜ਼ਿਆਦਾ ਆਈ ਜਾਂਦੀ ਪਸੀਨਾ ਪਸੋਨਾ ਤਾਂ ਅੱਜ ਵੀ ਕਾਫੀ ਜ਼ਿਆਦਾ ਆ ਰਿਹਾ ਭਾਵੇਂ ਥੋੜਾ ਜਿਹਾ ਮੌਸਮ ਦੇ ਵਿੱਚ ਫਰਕ ਆ ਤੇ ਹੁਣ ਪਾਣੀ ਪੀ ਲਿਆ ਤੇ ਮੈਂ ਜਿਹੜਾ ਚਾਹ ਗੈਸ ਤੇ ਰੱਖਿਆ ਹੀ ਆ ਬਣਨ ਵਾਸਤੇ ਤੇ ਕੁਛ ਮੰਮੀ ਦਾ ਹਾਲਚਾਲ ਪੁੱਛ ਲੈਨੇ ਆ ਕੁਛ ਮਾਮਾ ਜੀ ਉਹਨਾਂ ਦਾ ਹਾਲਚਾਲ ਪੁੱਛ ਲਿਆ ਮੈਂ ਸਾਰਿਆਂ ਦੀ ਸੁੱਖ-ਸਾਂਤ ਪੁੱਛ ਲਈ ਗੱਲਾਂ-ਬਾਤਾਂ ਕਰਦੇ ਆ ਤੇ ਹਾਂਜੀ ਜਿਹੜਾ ਕਿ ਮੈਂ ਰੈਸਪੀਆਂ ਦੀਆਂ ਵੀਡੀਓ ਪਾਉਣੀ ਆ ਤੇ ਕਈ ਵਾਰ ਆਇ ਹੁੰਦਾ ਕਿ ਮੈਨੂੰ ਸ਼ੌਂਕ ਆ ਸਿਰਫ ਰੈਸਪੀਆਂ ਦੀਆਂ ਵੀਡੀਓ ਪਾਉਣ ਦਾ ਹੀ ਮੈਂ ਇਹ ਨਹੀਂ ਕਹਾਂਗੀ ਕਿ ਮੈਂ ਸਿਖਾਉਣੀ ਆ ਜਾਂ ਮੈਨੂੰ ਜ਼ਿਆਦਾ ਵਧੀਆ ਆਉਂਦੀ ਆ ਨਹੀਂ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਵੀ ਮੈਂ ਇਹ ਨਹੀਂ ਕਹਾਂਗੀ ਕਿ ਮੈਨੂੰ ਜ਼ਿਆਦਾ ਵਧੀਆ ਆਉਂਦੀ ਆ ਜਾਂ ਮੈਂ ਸਿਖਾਉਣੀ ਆ ਕਈ ਵਾਰੀ ਹਰ ਇੱਕ ਰੈਸਪੀ ਘਰ ਦੇ ਵਿੱਚ ਖਾਣਾ ਬਣਾਉਣ ਦਾ ਅਲੱਗ-ਅਲੱਗ ਤਰੀਕਾ ਜਾਂ ਹੁੰਦਾ ਏ ਕਈ ਵੇ ਕਿਸੇ ਨੂੰ ਪਸੰਦ ਆ ਜਾਂਦਾ ਇਹ ਤਾਂ ਹੁਣ ਉਧਰ ਵੀਡੀਓ ਦੇ ਵਿੱਚ ਗੱਲਾਂ ਬਾਤਾਂ ਚੱਲ ਰਹੀਆਂ ਤੇ ਫਿਰ ਜਿਹੜਾ ਮੈਂ ਵੀਡੀਓ ਦੀ ਰਿਕਾਰਡ ਆ ਬਾਅਦ ਵਿੱਚ ਕਰ ਰਹੀ ਆ ਤਾਂ ਕਿ ਮੈਂ ਤੁਹਾਡੇ ਨਾਲ ਕੁਝ ਗੱਲਾਂ ਸ਼ੇਅਰ ਕਰ ਲਵਾਂ ਤੇ ਜਿਹੜੇ ਹੁਣ ਵਲੌਗ ਬਣਾ ਰਹੇ ਆ ਹਨਾ ਉਹ ਉਹਨਾਂ ਦਾ ਸ਼ੌਂਕ ਆ ਜਿਹੜੇ ਕੁਕਿੰਗ ਦਾ ਕੰਮ ਕਰ ਰਹੇ ਆ ਉਹ ਉਹਨਾਂ ਦਾ ਸ਼ੌਂਕ ਆ ਜਿਹੜੀ ਗੱਲ ਰਹੀ ਇੱਥੋਂ ਦੀ ਇਹਦੀ ਕਮਾਈ ਦੀ ਵੀਡੀਓ ਬਣਾ ਕੇ ਇਹਦੇ ਤੋਂ ਪੈਸੇ ਮੈਲਣੇ ਜਾਂ ਕਮਾਈ ਮਿਲਣੀ ਆ ਹਨਾ ਚਾਹੇ ਤਾਂ ਆਪਾਂ YouTube ਤੇ ਬਲੌਗਰ ਬਣਾ ਕੇ ਵਲੌਗ ਬਣਾ ਕੇ ਪਣਾ ਬਣਾ ਲਈਏ ਪਾ ਲਈਏ ਵੀਡੀਓ ਤਾਂ ਉਸ ਦੀ ਵੀ ਕਮਾਈ ਆ ਚਾਹੇ ਆਪਾਂ ਕੋਈ ਪੰਜਾਬੀ ਸੱਭਿਆਚਾਰ ਕਲਚਰ ਬਾਰੇ ਕੁਝ ਦੱਸ ਦਈਏ ਕੁਝ ਉਹਦੇ ਬਾਰੇ ਅੱਜਕੱਲ ਦੇ ਜਿਹੜਾ ਵੀ ਪੁਰਾਣਾ ਸੱਭਿਆਚਾਰਕ ਜਾਂ ਕਲਚਰ ਉਹਦੇ ਬਾਰੇ ਕੁਝ ਗੱਲਾਂ ਬਾਤਾਂ ਕਰੀਏ ਉਹ ਵੀ YouTube ਤੇ ਵੀਡੀਓ ਬਣਾ ਕੇ ਪਾਵਾਂਗੇ ਤਾਂ ਉਸ ਦੀ ਵੀ ਕਮਾਈ ਹੈ ਜੇ ਆਪਾਂ ਕੋਈ ਕਮਾਂਕਾਰਾਂ ਦੀ ਬੁਟੀਕ ਦੀ ਕੱਪੜਿਆਂ ਦੀ ਕੁਕਿੰਗ ਦੀ ਜਾਂ ਹੋਰ ਕਾਫੀ ਸਾਰੇ ਜਿਨ੍ਹਾਂ ਦੇ ਵਿੱਚ ਕਿਸੇ ਵੀ ਕਿਸਮ ਦਾ ਕੋਈ ਸ਼ੌਂਕ ਆ ਉਹ ਵੀਡੀਓ ਬਣਾ ਕੇ YouTube ਤੇ ਬਣਾਉਂਦਾ ਜਾਂ ਉਹ ਪਾਉਂਦਾ ਉਹਦੇ ਪਿੱਛੇ ਮਿਹਨਤ ਬਹੁਤ ਜ਼ਿਆਦਾ ਵੀਡੀਓ ਬਣਾ ਕੇ ਅਪਲੋਡ ਕਰਨ ਜਿਹੜੀ YouTube ਤੇ ਪਾਉਣੀ ਆ ਨਾ ਉਹਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਆ ਤੇ ਕਮਾਈ ਲਈ ਹਰ ਕੋਈ ਹਰ ਇੱਕ ਨੂੰ ਆਪਣਾ ਆਪਣਾ ਸ਼ੌਂਕ ਆ ਜਿਹੜਾ ਵੀਡੀਓ ਦੇ ਰਾਹੀਂ ਆਪਣੇ ਸ਼ੌਂਕ ਨੂੰ ਪੂਰਾ ਕਰ ਰਹੇ ਆ ਤੇ ਪਬਲਿਕ ਦੇ ਸਾਹਮਣੇ ਜਿਹੜੀ ਵੀਡੀਓ ਨੂੰ ਅਪਲੋਡ ਕਰਕੇ ਛੱੜਦੇ ਆ ਪਬਲਿਕ ਦੇ ਵਿੱਚ ਤੇ ਹਰ ਇੱਕ ਇਹ ਆਪਣਾ ਜਿਹੜਾ ਕਿ ਇਹਦੇ ਨਾਲ YouTube ਤੋਂ ਜਿਹੜਾ ਕਿ ਛੋਟੇ-ਮੋਟੇ ਮੇਰੇ ਵਰਗੇ ਵੀ ਜਿਹੜੇ ਆ ਰੁਜ਼ਗਾਰ ਆ ਜਿਹੜਾ ਬਹੁਤ ਵਧੀਆ ਕਮਾਈ ਆ ਬਹੁਤ ਸੋਹਣੀ ਕਮਾਈ ਆ ਜਿਹੜੀ YouTube ਤੋਂ ਹੋ ਰਹੀ ਆ ਪਰ ਇਹਦੇ ਪਿੱਛੇ ਮਿਹਨਤ ਬਹੁਤ ਜ਼ਿਆਦਾ ਮਿਆਂ ਤਾਂ ਮੈਂ ਤੁਹਾਨੂੰ ਇੰਨੀ ਕਿ ਦੱਸਾਂ ਕਿ ਕਮਾਂਕਾਰਾਂ ਤਾਂ ਇੰਨੀ ਕਿ ਫਰਸਤ ਜਿਹੜੀ ਕਮ ਕਾਰ ਆ ਜਿਹੜੇ ਥੋੜੇ ਜਿਹਾ ਘਰੇਲੂ ਘਰ ਦੇ ਕੰਮ ਹਨ ਉਹਦੇ ਵਿੱਚ ਵੀ ਕਮਾਂਕਾਰਾਂ ਚ ਅੱਗਾ ਪਿੱਛਾ ਹੋ ਗਿਆ ਵੀਡੀਓ ਬਣਾ ਕੇ ਜਿਹੜੀ ਕਿ ਅਪਲੋਡ ਕਰਨੀ ਪਬਲਿਕ ਕਰਨੀ ਕਾਫੀ ਸਾਰੇ ਇਹਦੇ ਕੰਮ ਹੁੰਦੇ ਆ ਕਾਫੀ ਘੰਟੇ ਇਸ ਟਾਈਮ ਵੇਸਟ ਹੁੰਦਾ ਏ ਪਰ ਇਹ ਆ ਜਾਂਦਾ ਫਿਰ ਵੀ ਇਹਦੀ ਕਮਾਈ ਤੇ ਆ ਜਾਂਦੀ ਹੈ ਨਾ ਵੀ ਚਲੋ ਇਹਦੇ ਚੋਂ ਕਮਾਈ ਬਣਦੀ ਆ ਹਣਾ ਜੇ ਜਿਹੜੇ ਹੁਣ ਆਪਾਂ ਬਾਹਰ ਕੰਟਰੀਆਂ ਦੇ ਵਿੱਚ ਜਾ ਕੇ ਵੀ ਤੇ ਆਪਾਂ ਕਮਾਈ ਕਰਦੇ ਆ ਪੈਸਾ ਹੀ ਕਮਾਉਣੇ ਉੱਥੇ ਕਿਹੜਾ ਵਿਲੇ ਬੈਠਿਆਂ ਨੂੰ ਮਿਲਦਾ ਇੱਥੇ ਆਪਾਂ ਜੇਕਰ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਘਰੇ ਬੈਠ ਕੇ ਆਪਾਂ ਆਪਣੀ ਪਰਿਵਾਰ ਦੇ ਵਿੱਚ ਫੈਮਿਲੀ ਦੇ ਮੈਂ ਵਿੱਚ ਰਹਿ ਕੇ ਵੀ ਇੱਕ ਵੀਡੀਓ ਬਣਾ ਕੇ ਪਾ ਲੈਣੀ ਪਬਲਿਕ ਨਾਲ ਸ਼ੇਅਰ ਕਰ ਲੈਣੀ ਤੇ ਚਲੋ ਇਹ ਵੀ ਇੱਕ ਕਮਾਈ ਦਾ ਸਾਧਨ ਹੈ ਇਹਦੇ ਵਿੱਚ ਕੋਈ ਆਪਾਂ ਕਿਸੇ ਨਾਲ ਠੱਗੀ ਚੋਰੀ ਕੋਈ ਕੁਝ ਵੀ ਆਪਾਂ ਕਿਸੇ ਨਾਲ ਕੋਈ ਗਲਤ ਕੰਮ ਨਹੀਂ ਕਰ ਸਕਦੇਗੇ ਤੇ ਇਸ ਤਰ੍ਹਾਂ ਦਾ ਵੀ ਜਿਹੜੀ ਕਿ ਕਈਆਂ ਦੀ ਸੋਚ ਹੁੰਦੀ ਆ ਕਈ ਕਮੈਂਟ ਵੀ ਕਈ ਤਰ੍ਹਾਂ ਦੇ ਆ ਜਾਂਦੇ ਆ ਤਾਂ ਕਰਕੇ ਮੈਂ ਜਿਹੜੀ ਇਹ ਗੱਲ ਤੁਹਾਡੇ ਨਾਲ ਸ਼ੇਅਰ ਕੀਤੀ ਆ ਤੇ ਹੁਣ ਆਪਾਂ ਜਿਹੜੀ ਮੈਂ ਚਾਹ ਬਣਾ ਲਈ ਆ ਤੇ ਚਾਹ ਲੈ ਆਈ ਆ ਤੇ ਮੰਮੀ ਹੁਣੀ ਮੈਨੂੰ ਕਹਿੰਦੇ ਚਾਹ ਅਸੀਂ ਪੀ ਨਹੀਂ ਨਹੀਂ ਥੋੜੀ ਬਣਾ ਕੇ ਲਈ ਪਹਿਲਾਂ ਥੋੜਾ ਜਿਹਾ ਮੈਂ ਚਾਹ ਲੇਟ ਬਣਾਈ ਆ ਤਾਂ ਕਿ ਵੀ ਉਹ ਕਹਿੰਦੇ ਸੀ ਠਹਿਰ ਕੇ ਬਣਾ ਲਈ ਮੈਂ ਥੋੜਾ ਜਿਹਾ ਟਾਈਮ ਪਾਤਾ ਸੀ ਚਾਹ ਬਣਾਉਣ ਦੇ ਵਿੱਚ ਵੀ ਸਾਡਾ ਹਜੇ ਚਾਹ ਨੂੰ ਦਿਲ ਨਹੀਂ ਸੀ ਕਰਦਾ ਵੀ ਰੱਜੇ ਪੁੱਜੇ ਜੇ ਆਏ ਸੀਗੇ ਇਸ ਘਰ ਕੇ ਥੋੜਾ ਮੈਂ ਚਾਹ ਨੂੰ ਲੇਟ ਹੋ ਗਈ ਸੀ ਤੇ ਤਾਂ ਫਿਰ ਮੈਂ ਬੈਠ ਕੇ ਜਿਹੜਾ ਮੰਮੀ ਹੁਣਾ ਨਾਲ ਕੁਝ ਗੱਲਾਂ ਬਾਤਾਂ ਕਰ ਲਈਆਂ ਰਸਤੇ ਦੇ ਵਿੱਚ ਲੰਘਿਆ ਨੇ ਇੱਕ ਰਿਸ਼ਤੇਦਾਰੀ ਸੀਗੀ ਡੈਡੀ ਦੇ ਮਾਮਾਈ ਦਾ ਬੇਟਾ ਸੀਗਾ ਉੱਥੇ ਚਲੇ ਗਏ ਸੀਗੇ ਮਿਲਣ ਤੇ ਫਿਰ ਉਹਨਾਂ ਨੇ ਵੀ ਜਿਹੜਾ ਚਾਹ ਪਾਣੀ ਇਹਨਾਂ ਨੂੰ ਪਿਆਤਾ ਸੀਗਾ ਤਾਂ ਕਰਕੇ ਕਹਿੰਦੇ ਚਾਹ ਨੂੰ ਹਜੇ ਦਿਲ ਨਹੀਂ ਕਰਦਾ ਨਾਲੇ ਉੱਥੇ ਸਮਾਦ ਪਾਈ ਜਾਇਆ ਇਹ ਨਾਲੇ ਲੰਗਿਆਂ ਨੇ ਆਪਣੇ ਮਾਮਾ ਹੀ ਦੇ ਬੇਟੇ ਨੂੰ ਮਿਲੇ ਆਏ ਡੈਡੀ ਤੇ ਹੁਣ ਚਲੋ ਮੈਂ ਆਖਿਆ ਨਾਲੇ ਕੁੜੀਆਂ ਆਈਆਂ ਹੋਈਆਂ ਚਲੋ ਇਹਨਾਂ ਨੂੰ ਚਾਹ ਪਾਣੀ ਪਿਆ ਲੈਣੇ ਆ ਨਾਲੇ ਆਪਾਂ ਪੀ ਲੈਨੇ ਮੈਂ ਤੇ ਹਰਦੀਪ ਅੱਜ ਕੱਲੇ ਸੀਗੇ ਘਰੇ ਤੇ ਅਸੀਂ ਚਾਹ ਬਣਾਈ ਨਹੀਂ ਸੀਗੀ ਤੇ ਹਰਦੀਪ ਮੈਂ ਆਖਿਆ ਸੀ ਚਲ ਮੰਮੀ ਹੋਣੀ ਆਉਣ ਵਾਲੀ ਆ ਤੇ ਆਪਾਂ ਉਦੋਂ ਹੀ ਸਾਰੇ ਜਾਨੇ ਚਾਹ ਬਣਾ ਕੇ ਪੀਵਾਂਗੇ ਇਸ ਕਰਕੇ ਅਸੀਂ ਪਹਿਲਾਂ ਚਾਹ ਬਣਾ ਕੇ ਪੀਤੀ ਨਹੀਂ ਸੀ ਅੱਜ ਤੇ ਅੱਜ ਮੈਨੂੰ ਪਹਿਲਾਂ ਕੋਈ ਵਲੌਗ ਆ ਜਿਹੜਾ ਮੰਮੀ ਗਈ ਨੂੰ ਵੀ ਕਾਫੀ ਦਿਨ ਹੋ ਗਏ ਸੀਗਾ ਮੈਂ ਰੈਸਪੀਆਂ ਦੀਆਂ ਵੀਡੀਓ ਬਣਾ ਕੇ ਸ਼ੇਅਰ ਕੀਤੀਆਂ ਸੀ ਕੁਛ ਰਖੜੀ ਤੇ ਬਣਾ ਲੀਆਂ ਸੌਣ ਦੇ ਮਹੀਨੇ ਤੇ ਬਣਾ ਲੀਆਂ ਖੀਰ ਪੂੜੇ ਬਣਾ ਲਏ ਵੇਸਣ ਦੇ ਲੱਡੂ ਬਣਾ ਲਏ ਇਸ ਤਰ੍ਹਾਂ ਦੀਆਂ ਕੁਝ प्रदीप ਨੇ ਵੀਡੀਓ ਬਣਾ ਲੀਆਂ ਸੀਗਾ ਤੇ ਬਸ ਮੈਨੂੰ ਆਏ ਸੀ ਰੈਸਪੀਆਂ ਵੀ ਮੈਂ ਪੂਰੀ ਤਰ੍ਹਾਂ ਜਾਦਾ ਨਹੀਂ ਬਣਾਈਆਂ ਮੈਨੂੰ ਆਏ ਸੀ ਮੰਮੀ ਘਰੇ ਨਹੀਂ ਤੇ ਵੀ ਮੈਨੂੰ ਸਾਨੂੰ ਕੱਲਿਆਂ ਨੂੰ ਖਾਣਾ ਜਾਂ ਲੱਗਦਾ ਸੀ ਹਾਏ ਮੰਮੀ ਘਰੇ ਨਹੀਂ ਮੰਮੀ ਵੀ ਘਰੇ ਹੋਣ ਤਾਂ ਕੁਝ ਚੱਲ ਵਧੀਆ ਜਾ ਲੱਗਦਾ ਅੱਜ ਹੁਣ ਮੰਮੀ ਘਰੇ ਆਏ ਆ ਤੇ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਤੇ ਮੰਮੀ ਬਿਨਾਂ ਤਾਂ ਘਰ ਇੰਨੇ ਦਿਨਾਂ ਦਾ ਸੁੰਨਾ ਸੁੰਨਾ ਜਿਹਾ ਹੀ ਲੱਗਦਾ ਸੀਗਾ ਤੇ ਕਿਉਂਕਿ ਫਿਰ ਵੀ ਹੁੰਦਾ ਹੀ ਆ ਘਰ ਦੇ ਵਿੱਚ ਕੋਈ ਬੱਚਾ ਹੋਵੇ ਜਾਂ ਕੋਈ ਵੱਡਾ ਫੈਮਿਲੀ ਮੈਂਬਰ ਹੋਵੇ ਘਰੇ ਚਲੋ ਜਾਵੇ ਤਾਂ ਘਰ ਸੁੰਨਾ ਜਿਹਾ ਹੋ ਜਾਂਦਾ ਕਾਫੀ ਦਿਨ ਤਾਂ ਥੋੜਾ ਜਿਹਾ ਅਜੀਬ ਜਿਹਾ ਲੱਗਦਾ ਸੁੰਨਾ ਪੰ ਜਾਂ ਫਿਰ ਤਾਂ ਥੋੜੀ ਜੀ ਆਦਤ ਜੀ ਉਹੋ ਜੀ ਬਣ ਜਾਂਦੀ ਆ ਲੈ ਕੇ ਤਾਂ ਅਸੀਂ ਛੇਤੀ ਆਉਣਾ ਸੀਗਾ ਬਸ ਕੁਛ ਜਾਇਆ ਹੀ ਨਹੀਂ ਸੀ ਗਿਆ ਲੈਣ ਵਾਸਤੇ ਇਹਨਾਂ ਨੂੰ ਤੇ ਅੱਜ ਫਿਰ 16 ਦਿਨ ਬਾਅਦ ਆਏ ਆ ਉਹ ਤਾਂ ਅਸੀਂ ਹੱਸੀ ਜਾਂਦੇ ਸੀਗੇ ਤੇ ਵੀ ਅਸੀਂ ਮੰਮੀ ਸਵਾਗਤ ਨਾ ਲਾਇਆ ਮੰਮੀ ਕਹਿੰਦੀ ਸੀ ਇਸ ਤਰ੍ਹਾਂ ਨਾ ਬੋਲੀ ਚੰਗਾ ਨਹੀਂ ਲੱਗੀਦਾ ਮੈਂ ਕਿ ਕੋਈ ਨਹੀਂ ਫਿਰ ਕੀ ਆ ਤੇ ਸਾਰੇ ਜਣੇ ਚਾਹ ਪੀ ਰਹੇ ਆ ਤੇ ਹਾਂਜੀ ਆਪਾਂ ਚਾਹ ਤਾਂ ਪੀ ਲਈ ਆ ਕੁਝ ਗੱਲਾਂ ਬਾਤਾਂ ਵੀ ਹੋ ਗਿਆ ਤੇ ਹੁਣ ਮੰਮੀ ਕਾਫੀ ਸਾਰਾ ਸਮਾਨ ਲੈ ਕੇ ਆਇਆ ਐ ਇੰਨੇ ਦਿਨਾਂ ਬਾਅਦ ਆਇਆ ਮੈਂ ਹੁਣ ਤੁਹਾਡੇ ਨਾਲ ਸਮਾਨ ਆ ਜਿਹੜਾ ਲੈ ਕੇ ਆਇਆ ਕੱਪੜੇ ਲਿਆਏ ਆ ਭਾਂਡੇ ਲਿਆਏ ਆ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੁਹਾਨੂੰ ਦਿਖਾਉਣੇ ਆ ਇਹ ਥੋੜੀਆਂ ਜਿਹੀਆਂ ਕੌਲੀਆਂ ਲੈ ਕੇ ਆਏ ਆ ਕੌਲੀਆਂ ਬਹੁਤ ਹੀ ਵਧੀਆ ਆ ਇਹ ਤੇ ਇਹ ਪਲਾਸਟਿਕ ਵੀ ਨੀਗਾ ਕੁਛ ਹੋਰੀ ਆ ਤੇ ਦੋ ਸਟੀਲ ਦੇ ਸਗਲੇ ਲੈ ਕੇ ਆਏ ਆ ਇਹਨਾਂ ਦੇ ਵਿੱਚ 3 ਕਿਲੋ ਦੁੱਧ ਆ ਜਿਹੜਾ ਪੈ ਜਾਊਗਾ ਵੈਸੇ ਤਾਂ ਸੀਗੇ ਘਰੇ ਸਗਲੇ ਤੇ ਪਰ ਭਾਂਡੇ ਤਾਂ ਜਿੰਨੇ ਹੋਣ ਕਹਿੰਦੇ ਉਨੇ ਹੀ ਥੋੜੇ ਹੁੰਦੇ ਆ ਕਸਮ ਮੈਨੂੰ ਸ਼ੌਂਕ ਵੀ ਆ ਭਾਂਡੇ ਭੁੰਡੇ ਜਿਆਦਾ ਖਰੀਦਣ ਦਾ ਇਹ ਦੋਸ ਅਗਲੇ ਆ ਬਹੁਤ ਹੀ ਹੈਵੀ ਆ ਬਹੁਤ ਵਧੀਆ ਸਟੀਲ ਆ ਪੂਰੀ ਗਾਰੰਟੀ ਵਾਲੀ ਸਟੀਲ ਆ ਲੈ ਕੇ ਆਇਆ ਦੁੱਧ ਗਰਮ ਕਰਨ ਵਾਸਤੇ ਜਾਂ ਹੋਰ ਵੀ ਕੁਛ ਨਾ ਕੁਛ ਪਾਰੇ ਆ ਪੂਰੇ ਇਹ ਕੱਪੜੇ ਆ ਇਹ ਮੇਰਾ ਸੂਟ ਆ ਥੋੜਾ ਲਾਈਟ ਹੀ ਆ ਕਿਉਂਕਿ ਅੱਜ ਕੱਲ੍ਹ ਗਰਮੀ ਚ ਵਧੀਆ ਲੱਗਦੇ ਲਾਈਟ ਇਹ ਪ੍ਰਦੀਪ ਦਾ ਲੋਅਰ ਟੀ-ਸ਼ਰਟ ਤੇ ਇਹ ਮੰਮੀ ਦਾ ਸੂਟ ਆ ਉਹਨਾਂ ਨੇ ਦਿੱਤਾ ਏ ਮਾਮਾ ਜੀ ਹੁਣਾਂ ਨੇ ਇੱਕ ਇਹ ਸੂਟ ਆ ਕੰਬਲ ਦੇ ਨਾਲ ਤੇ ਇੱਕ ਇਹ ਸੂਟ ਆ ਚਿੱਟਾ ਬ੍ਰੀਕ ਪ੍ਰਿੰਟ ਦਾ ਵਰਦੀ ਬਹੁਤ ਕੱਪੜੇ ਲੈ ਕੇ ਆਈ ਅੱਜ ਵੀ ਕੁਝ ਲੈ ਕੁਝ ਮੰਮੀ ਨੇ ਪਹਿਲਾਂ ਬਣਾਈ ਸੀਗੇ ਇਹ ਪ੍ਰਦੀਪ ਦਾ ਸੂਟ ਆ ਪਿੰਕ ਕਨੀਜ ਤੇ ਪਰਪਲ ਕਲਰ ਦੀ ਜਿਹੜੀ ਸਲਵਾਰ ਆ ਤੇ ਨਾਲ ਆਹਾ ਨਾਲ ਵਾਈਟ 골ਡਨ ਜਿਹੜਾ ਦੁਪੱਟਾ ਏ ਇਹ ਲੱਗ ਲੈਣਾ ਇੱਕ ਬਲੈਕ ਕਲਰ ਦਾ ਸੂਟ ਆ ਵਿੱਚ ਥੋੜਾ ਛੋਟਾ ਜਿਹਾ ਪ੍ਰਿੰਟ ਆ ਅੰਨ ਤੇ ਬਾਕੀ ਕਾਫੀ ਕੱਪੜੇ ਆ ਇਹ ਦੋ ਸੂਟ ਹੋ ਗਏ ਪ੍ਰਦੀਪ ਦੇ ਰੇਟ ਤਾਂ ਮੈਨੂੰ ਨਹੀਂ ਪਤਾ ਕਿੰਨਾ ਕਿੰਨਾ ਹੋਊਗਾ ਕਾਟਨ ਦੇ ਆ ਗਰਮੀ ਵਾਲੀ ਆ ਇਹ ਮੰਮੀ ਲੈ ਕੇ ਆਏ ਆਪਣੇ ਵਾਸਤੇ ਗ੍ਰੇ ਕਲਰ ਦਾ ਪ੍ਰਿੰਟ ਆ ਵਿੱਚ ਤੇ ਇਹ ਕੁੜਤੇ ਪਜਾਮੇ ਆ ਚਟਾ ਤੇ ਥੋੜਿਆ ਇਹ ਲੱਗ ਲਿਆ ਕਲਰ ਅਕੜਤੇ ਪਿਆ ਮੈਂ ਤਾਂ ਫਿਰ ਬੰਦਿਆਂ ਦੇ ਤਾਂ ਇਦਾਂ ਦੇ ਹੁੰਦੇ ਆ ਕੱਪੜੇ ਜਨਾਨੀਆਂ ਦੇ ਲੇਡੀਜ਼ ਦੇ ਸੂਟਾਂ ਦੇ ਥੋੜੇ ਜਿ ਨਖਰੇਬਾਜ਼ੀਆਂ ਹੁੰਦੀਆਂ ਇਹ ਤੌਲੀਏ ਆ ਤਿੰਨ ਜਿਹੜੇ ਤੌਲੀਏ ਵੀ ਲਿਆਉਣ ਵਾਲੇ ਹੋਏ ਪਏ ਸੀਗੇ ਫਿਰ ਉਹ ਤੌਲੀਏ ਵੀ ਲੈ ਕੇ ਆਏ ਆ ਤੇ ਆ ਇੱਧਰ ਇੱਕ ਹੋਰ ਸੂਟ ਆ ਇਹ ਵੀ ਪ੍ਰਦੀਪ ਵਧਾਈਆ ਪ੍ਰਦੀਪ ਦੇ ਚਾਰ ਸੂਟ ਆ ਇਹ ਤਾਂ ਸੰਤਰੀ ਸਲਵਾਰ ਆ ਪ੍ਰਿੰਟਡ ਕਿਵੇਂ ਆ ਨਾਲ ਹੀ ਪ੍ਰਿੰਟਡ ਦੁਪੱਟਾ ਏ ਪਿਓਰ ਦਾ ਇਹ ਮੇਰਾ ਛੋਟਾ ਵਾਈਟ ਕਲਰ ਦਾ 골ਡਨ ਤੇ ਫਿਰੋਜੀ ਕਢਾਈ ਆ ਤੇ ਨਾਲ ਹੀ ਫਿਰੋਜੀ ਤੇ ਪਰ ਮੈਂ ਕਦੇ ਚਿੱਟਾ ਸੂਟ ਪਾਇਆ ਨਹੀਂਗਾ ਕਦੀ ਵੀ ਪਰ ਮੈਨੂੰ ਦੂਸਰਿਆਂ ਦੇ ਜਿਹੜੇ ਵਾਈਟ ਸੂਟ ਪਾਏ ਬਹੁਤ ਹੀ ਸੋਹਣੇ ਲੱਗਦੇ ਆ ਤੇ ਆਪ ਨੂੰ ਪਤਾ ਨਹੀਂ ਮੈਨੂੰ ਕਿਉਂ ਹੋਰ ਹੀ ਲੱਗਦਾ ਮੰਮੀ ਲੈ ਕੇ ਆਇਆ ਕਾਟਨ ਦਾ ਸੂਟ ਆ ਤੇ ਮਰਜੀ ਆ ਲਾਈਨਿੰਗ ਲਾ ਲਓ ਮਰਜੀ ਆ ਨਾ ਲਾ ਲਓ ਤਾਂ ਕਿਉਂਕਿ ਲਾਈਨਿੰਗ ਆ ਗਰਮੀ ਦੇ ਵਿੱਚ ਤਾਂ ਪੈਂਦਾ ਵੀ ਨਹੀਂਗਾ ਇਹ ਦੁਪੱਟਾ ਬਹੁਤ ਹੀ ਸੋਹਣਾ ਦੁਪੱਟਾ ਹੈ ਪਿਓਰ ਦਾ ਨਹੀਂਗਾ ਨਾ ਤਾਂ ਇਹ ਜਾਲੀ ਆ ਨਾ ਛਲਕੀ ਪਤਾ ਨਹੀਂ ਹੋਰ ਹੀ ਕੱਪੜਾ ਆ ਇਹ ਤੇ ਪਰ ਸੋਹਣਾ ਬਹੁਤ ਆ ਇਹ ਹਰਦੀਪ ਦੀ ਲੋਅਰ ਟੀ-ਸ਼ਰਟ ਆ ਇਹ ਕਾਟਨ ਦੇ ਦੁਪੱਟੇ ਆ ਘਰੇ ਲੈਣ ਵਾਸਤੇ ਕਿਉਂਕਿ ਦੂਸਰੀਆਂ ਚੁੰਨੀਆਂ ਤਾਂ ਲਈਆਂ ਨਹੀਂ ਜਾਂਦੀਆਂ ਕੰਮ ਦੇ ਵਿੱਚ ਪਿਓਰ ਦੀਆਂ ਤਾਂ ਫਿਰ ਔਖਾ ਹੋ ਜਾਂਦਾ ਇਹ ਕਸ਼ਹਿਰੀਆਂ ਵਾਲਾ ਕੱਪੜਾ ਏ ਤੇ ਇੱਧਰ ਮੰਮੀ ਦਾ ਦੁਪੱਟਾ ਕਾਟਨ ਦਾ ਇੱਕ ਬਲੈਕ ਹੋਰ ਲੈ ਆਏ ਬਲੈਕ ਦੋ ਆ ਇੱਕ ਪਰਦੀਪ ਲੈ ਲੂਗੀ ਇੱਕ ਮੈਂ ਲੈ ਲੂ ਇਹ ਚਿਗਨ ਦਾ ਕਮੀਜ਼ ਆ ਚਿਗਨ ਦਾ ਵੀ ਇਹ ਮੰਮੀ ਦਾ ਕਮੀਜ਼ ਆ ਚਿਗਨ ਦਾ ਇਹ ਤੇ ਨਾਲ ਪੁਸ਼ੇ ਦੇ ਸੀ ਵੀ ਕਿਹੜਾ ਕਲਰ ਆ ਇਹਦੇ ਨਾਲ ਚੱਲੂਗਾ ਮੈਂ ਖਾ ਗਰੇ ਚੱਲੂਗਾ ਗਰੇ ਦੁਪੱਟਾ ਗਰੇ ਸਲਵਾਰ ਹੁਣ ਮੈਂ ਤੁਹਾਨੂੰ ਦੁਪੱਟਾ ਦਿਖਾਉਣੀ ਆ ਆਪਣੇ ਸੂਟ ਨਾਲ ਦਾ ਦੇਖੋ ਕਿਉਂਕਿ ਇੱਕ ਤਾਂ ਮੇਰੇ ਥੋੜੀ ਜੀ ਸ਼ਕਲ ਮੇਰੀ ਸਿਹਤ ਉਹੋ ਜੀ ਹੋਈ ਪਈ ਆ ਮੈਨੂੰ ਤਾਂ ਹੁਣ ਅਜੀਬ ਜਿਹਾ ਹੀ ਲੱਗੀ ਜਾਊਗਾ ਵੀ ਮੈਨਾਂ ਤਾਂ ਆਪਦੇ ਆਪ ਨੂੰ ਮੈਨੂੰ ਵਧੀਆ ਜਾਂ ਨਹੀਂ ਲੱਗਦਾ ਤੇ ਇੱਕ ਤਾਂ ਗਰਮੀ ਦੇ ਨਾਲ ਕੁਝ ਸੇ ਆਏ ਹੋ ਜਾਂਦਾ ਜਿਆਦਾ ਪਸੀਨਾ ਪਸੂਣਾ ਆਉਣ ਦੇ ਨਾਲ ਕੁਝ ਸਿਹਤ ਦੇ ਹਾਲਾਤ ਵੀ ਇਦਾਂ ਦੇ ਹੀ ਆ ਤੇ ਮੈਨੂੰ ਤਾਂ ਹੀ ਲੱਗੂ ਮੇਰੇ ਤਾਂ ਕੱਪੜੇ ਪਾਏ ਵੀ ਜੱਚਦੇ ਨਹੀਂ ਸੋਹਣੇ ਨਹੀਂ ਲੱਗਦੇਗੇ ਤੇ ਹੁਣ ਮੰਮੀ ਬੜੇ ਸ਼ੌਂਕ ਦੇ ਨਾਲ ਇਹ ਚਿੱਟਾ ਸੂਟ ਲਿਆਏ ਪਰ ਮੈਨੂੰ ਦੂਸਰਿਆਂ ਦੇ ਪਾਏ ਬਹੁਤ ਵਧੀਆ ਲੱਗਦੇ ਮੈਂ ਬਹੁਤ ਹੀ ਚੰਗੇ ਲੱਗਦੇ ਤੇ ਆਪ ਨੂੰ ਮੈਨੂੰ ਪਤਾ ਨਹੀਂ ਕਿਉਂ ਲੱਗਦਾ ਵੀ ਮੇਰੇ ਸੋਹਣਾ ਨਹੀਂ ਲੱਗਣਾ ਪਰ ਮੈਂ ਹੁਣ ਇਹ ਸਿਉਾਂਗੇ ਪਾਉਂਗੇ ਲਓ ਜੀ ਏ ਮੰਮੀ ਦੀ ਸ਼ਾਪਿੰਗ ਸੀ ਮੰਮੀ ਕਾਫੀ ਸਾਰਾ ਲੈ ਕੇ ਆਏ ਸੀ ਹੋਰ ਵੀ ਰਾਸ਼ਨ ਸਰਦਾ ਉਹ ਤੁਹਾਡੇ ਨਾਲ ਮੇ ਸ਼ੇਅਰ ਨਹੀਂ ਕੀਤੇ ਹਾਂਜੀ ਅੱਜ ਦਾ ਮੇਰਾ ਵਲੌਗ ਤੁਹਾਨੂੰ ਕਿਵੇਂ ਲੱਗਿਆ ਅੱਜ ਦੀ ਬਣੀ ਹੋਈ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਤੁਸੀਂ ਮੈਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਜੋ ਮੇਰੀ ਵੀਡੀਓ ਦੇਖਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਆਪਾਂ ਫੇਰ ਮਿਲਾਂਗੇ ਤਬ ਤੱਕ ਲਈ ਸਤਿ ਸ੍ਰੀ ਅਕਾਲ